बिस्मिल्लाहिर्रहमानिर्रहीम अस्सलाम वालेकुम नाज़रीन, तुसी वेख रहे हो विलेज एरिया टीवी और मैं तुहाडा मेज़बान मियां ज़ुल्फ़कार अली। नाज़रीन, अज असीं ज़िला मंडी बहाउद्दीन दे बहुत ही खूबसूरत पिंड रतोवाल दे विच मौजूद हाँ। साडे नाल मौजूद ने हाजी शमरेज़ अख्तर रांझा साहब, इन्हां दीआं मझां और इन्हां दा संडा झोटियां सारे माल का शौक करावे। माशाला बड़ी मशहूरी है तुहाडे संडे की, बड़ा बेहतरीन इहदा रिजल्ट है जी। तुहाडे घर दा ही है, कदों तुसीं लिया? नहीं जी, इह शेखू के वट्टू ना, उन्हां दे घर दा। अच्छा अच्छा, हाँ जी, हवेली लखे, ठीक है। सिकंदर साढ़े का पुत्र है ते उन्हां दी लखी माई का पुत्र है। उन्हां कोल असां मुल है 5 लाख दा। ठीक है ठीक है। हाँ जी, आज तो तकरीबन 2 साल पहले 5 लाख दा आया जी। जी जी, साढ़े को 2 साल तो। अच्छा, पर उन्हां दे घर उत्थे मजा बनांदा रहा, उस तो बाद फिर साढ़े को आ गया। ठीक है जी, आज तो 2 साल पहले मैं उन्हें खरीद के लिया उन्हां कोलों। ਬਿਲਕੁਲ 2 ਸਾਲ ਦੇ ਵਿਚ ਨਾ ਸਾਡਾ ਪੂਰਾ ਪਿੰਡ ਇਸ ਗੱਲ ਦਾ ਗਵਾਹ ਹੈ ਕਿ ਸਾਡੀ ਮੱਝ ਬੋਲੀ ਹੋਵੇ ਤੇ ਅਸੀਂ ਲਿਆਉਂਦੇ, ਨਹੀਂ ਤੇ ਬਾਹਰ ਹੀ ਟੁਰਿਆ ਰਹਿੰਦਾ। ਅਸਾਂ ਅੱਜ ਤੱਕ ਕਿਸੇ ਬੰਦੇ ਅੱਗੇ ਨਾਂਹ ਨਹੀਂ ਕੀਤੀ। ਸਦਕਾ ਜਾਰੀ ਹੈ। ਹਾਂਜੀ, ਇਹ ਹੁਣ ਵੀ ਦੁਆਨ ਮੈਂ ਹੋ ਸਕਦਾ ਤੁਹਾਡੇ ਜ਼ਿਹਨ 'ਚ ਹੋਵੇ, ਮੈਂ ਦੁਆਨ ਕੱਲ੍ਹ ਕਾਲ ਕੀਤੀ, ਤੁਸੀਂ ਆਖਿਆ ਸਾਉਣਾ, ਮੈਂ ਆਖਿਆ ਫਿਰ ਸਾਡਾ ਅਸੀਂ ਲੈ ਆਉਂਦੇ ਹਾਂ। ਸਾਡਾ ਅੱਜ ਵੀ ਦੂਜੇ ਡੇਰੇ 'ਤੇ ਹੀ ਆਏ, ਇਹ ਸੁਬਹ ਉਦੋਂ ਆਇਆ। ਬਾਕੀ ਫਿਰ ਜਿਹੜੇ ਪੈਸੇ ਬਾਹਰ ਕੇ ਲਿਆਉਂਦੇ ਨੇ ਉਹਨਾਂ ਦਾ ਮੈਂ ਇਹੀ ਰਿਕਾਰਡ ਸੁਣਨਾ ਕਿ ਉਹ ਕਿਸੇ ਨੂੰ ਦਿੰਦੇ ਨਹੀਂ। ਮੇਰੇ ਸਮਝ ਦੇ ਮੁਤਾਬਕ ਇਸ ਤੋਂ ਬੁਰਾ ਕੰਮ ਕੋਈ ਨਹੀਂ ਕਿ ਕਿਸੇ ਨੇ ਸਾਡਾ ਨਾ ਦੇਣਾ। ਹਾਂਜੀ, ਬੇਸ਼ੱਕ ਸਾਡਾ ਚੰਗਾ ਹੋਵੇ ਜਾਂ ਮਾੜਾ ਹੋਵੇ, ਸਾਡਾ ਦੇਣਾ ਚਾਹੀਦਾ। ਕੋਈ ਮੰਗੇ ਉਹਨੂੰ ਮੱਝੀ ਵਾਸਤੇ ਉਹਦੇ ਡੇਰੇ ਵੀ ਗੱਲਣਾ ਚਾਹੀਦਾ, ਕੋਈ ਬਣਵਾਉਣ ਆਵੇ ਉੱਥੇ ਵੀ ਬਣਵਾਉਣ ਦੇਣੀਆਂ ਚਾਹੀਦੀਆਂ। ਕੋਈ ਮੰਗ ਕੇ ਲੈ ਜਾਏ ਤਾਂ ਉਹ ਫਿਰ ਅੱਗੇ ਹੀ ਬਾਹਰ ਨਿਕਲਿਆ ਹੁੰਦਾ। ਹਾਂਜੀ, ਜਦੋਂ ਸਾਡੇ ਆਪਣੇ ਵਾੜੇ 'ਚ ਆਉਂਦਾ ਅਸੀਂ ਕਿਸੇ ਅੱਗੇ ਵੀ ਨਾ ਨਹੀਂ, ਬੇਸ਼ੱਕ ਕੋਈ ਉਸ ਵੇਲੇ ਆਵੇ ਲੈ ਜਾਏ। ਬੜੀ ਗੱਲ ਹੈ ਜੀ, ਬੜੀ ਸਹੂਲਤ ਹੈ, ਸਦਕਾ ਜਾ ਰਹੀ ਹੈ। ਅੱਲਾਹ ਤਾਲਾ ਤੁਹਾਡੇ ਇਸ ਮਿਸ਼ਨ ਨੂੰ ਕਾਮਯਾਬ ਕਰੇ। ਬਾਕੀ ਜੇ ਫਿਰ ਕੋਈ ਸੁਣੀ ਸੁਣਾਈ ਵੀ ਆਉਂਦੀ ਹੈ, ਮੈਂ ਤੁਹਾਨੂੰ ਦੱਸਿਆ ਕਿ ਮੀਨੀ ਮਾਜ ਮੈਂ ਇਹ ਦੀ ਆਈ ਤਾਂ ਮੈਂ ਫਿਰ ਖਰੀਦ ਕਿਉਂ ਲਿਆਂਦੀ ਵਟੂਆਂ ਕੋਲੋਂ। ਠੀਕ ਹੈ। ਹਾਂਜੀ, ਉਸ ਮੇਰੇ ਕੋਲ ਸਰ ਜੀ 17 ਕਿਲੋ, ਅਤੇ ਮੈਂ ਇੱਥੇ ਅੱਜ ਤੋਂ 2 ਮਹੀਨੇ ਪਹਿਲਾਂ ਆਇਆ ਨਾ, ਅਤੇ ਮੇਰੇ ਸਾਹਮਣੇ ਕਰਦੀ ਰਹੀ ਹੈ। ਚਲੋ, ਮਜ਼ੀਦ ਤੁਹਾਡੀਆਂ ਮੱਝਾਂ ਵੀ ਸਾਰੀਆਂ ਅੱਛੀਆਂ ਨੇ, ਤਾਂ ਇਨਸ਼ਾਅੱਲਾ ਕ੍ਰਾਸ ਹੋਏਗਾ, ਇਨਸ਼ਾਅੱਲਾ ਅੱਲਾਹ ਤਾਲਾ ਦੀ ਜ਼ਾਤ ਇਨਸ਼ਾਅੱਲਾ ਮਿਹਰਬਾਨੀ ਜ਼ਰੂਰ ਕਰੇ ਇਨਸ਼ਾਅੱਲਾ। ਬਾਕੀ ਕਿਸੇ ਬੰਦੇ ਮੱਝ ਬਣਵਾਉਣੀ ਹੋਵੇ ਤਾਂ ਸਾਡੀ ਕੋਈ ਨਾਂ ਨਹੀਂ, ਰਾਤ ਹੋਵੇ ਦਿਨ ਹੋਵੇ ਅਸੀਂ ਹਾਜ਼ਰ ਹਾਂ। ਬੜੀ ਗੱਲ ਹੈ। ਤੇਰਾ ਜਿਹਾ ਸਾਹਿਬ, ਇਹਦੇ ਵਿੱਚ ਦੱਸੋ ਕਿ ਇਹਦੀ ਤੁਸੀਂ ਖੁਰਾਕ ਦਾ ਕੀ ਇੰਤਜ਼ਾਮ ਕੀਤੇ ਹੈ? ਖੁਰਾਕ ਸਰ ਜੀ, ਇਹ ਸਾਡੇ ਮਾਲ ਦੀ ਇਹ ਸਾਗਾ ਪੱਠਾ ਜੇ, ਕਮਾਦ ਜੇ ਤਾਂ ਬਹੁਤ ਜੇ, ਇਹ ਜ਼ਿਆਦਾ ਅਸੀਂ ਪਾਉਂਦੇ ਹਾਂ। ਬਾਕੀ ਜੇ ਨਾ ਹੋਵੇ, ਬਹੁਤ ਸ਼ੌਕ ਖਤਮ ਹੋ ਜਾਏ ਤਾਂ ਪਰਾਲੀ ਵੀ ਪਾ ਲੈਂਦੇ ਹਾਂ, ਇਸ ਗੱਲ ਦੀ ਵੀ ਕੋਈ ਬਸਾਂ ਨਹੀਂ ਬਣ ਨਹੀਂ ਪਾਣੀ। ਠੀਕ ਹੈ। ਹਾਂਜੀ, ਮੈਂ ਉਹਨਾਂ ਦੋਨਾਂ ਪਿਆਖਾਂ ਵਸੀਆਂ ਨਹੀਂ ਕਰਨੀਆਂ, ਕਮਾਦ ਅਤੇ ਸਾਵਾ ਪੱਠਾ, ਇਹ ਤਕਰੀਬਨ ਅਸੀਂ ਜ਼ਿਆਦਾ ਇਸਤੇਮਾਲ ਕਰਨੇ ਹਾਂ ਬੋਹ ਵਿੱਚ। ਠੀਕ ਹੈ। ਸਰਦੀ ਵਿੱਚ, ਗਰਮੀ ਵਿੱਚ ਫਿਰ ਅੱਗੇ ਹੀ ਜੁਆਰ ਸ਼ੁਆਰ ਹੈ ਅਤੇ ਬਾਕੀ ਗਾਹ ਆ ਜਿਹੜਾ ਰੋਡ ਗਰਾਸ, ਉਹ ਵੀ ਅਸੀਂ ਗੱਡੀ ਰੱਖਦੇ ਹਾਂ। ਅੱਛਾ ਅੱਛਾ। ਹਾਂਜੀ, ਸੈਲਤ ਜਿਹੜਾ ਹੁਣ ਅਗਲੇ ਸਾਲ ਤੋਂ ਸਾਡਾ ਇਰਾਦਾ ਹੈ, ਕਿਉਂਕਿ ਸਾਡੇ ਕੋਲ ਡੰਗਰ ਥੋੜ੍ਹੇ ਹਨ, ਹੁਣ ਅਸੀਂ ਵਧਾ ਰਹੇ ਹਾਂ ਹੋਰ ਹੀ। ਅੱਛਾ। ਜ਼ਿਆਦਾ ਕਰ ਰਹੇ ਹਾਂ, ਹੁਣ ਸਾਡਾ ਹੀ ਇਰਾਦਾ ਕਿ ਚਲੋ ਸੈਲਜ ਬਣਾ ਲਈਏ 10-12 ਕਿੱਲੇ ਦਾ, ਫਿਰ ਥੋੜ੍ਹਾ ਬੰਦਿਆਂ ਨੂੰ ਵੀ ਸੌਖਾ ਹੋ ਜਾਏਗਾ। ਹਾਂਜੀ, ਚਲੋ ਮਾਸ਼ਾਅੱਲਾ। ਅਤੇ ਦੂਜਾ ਦੱਸੋ ਕਿ ਇਹਦੀ ਜਿਹੜੀ ਸਾਡੇ ਦੀ ਜਿਹੜੀ ਖੁਰਾਕ ਹੁੰਦੀ ਹੈ, ਇਹਦੇ ਵਿੱਚ ਮੱਝਾਂ ਦੇ ਵਿੱਚ ਕੋਈ ਫਰਕ ਹੁੰਦਾ ਜਾਂ ਫਿਰ ਕੋਈ? ਸਾਡੇ ਕੋਲ ਕੋਈ ਨਾ, ਇਹ ਤਕਰੀਬਨ ਲਿਆਰੀਆਂ ਮੱਝੀ ਨਾਲ ਹੀ ਹੁੰਦਾ, ਡੱਕੇ ਆ। ਜਦੋਂ ਸਾਡੇ ਕੋਲ ਆਵੇ ਉਹ 10 ਦਿਨ ਰਹੇ, 15 ਦਿਨ ਰਹੇ, ਜੋ ਕੁਝ ਉਹਨਾਂ ਖਾਣਾ ਨਾ ਸਰ ਜੀ, ਉਹ ਇਸ ਵੀ ਖਾਣਾ। 10-15 ਦਿਨ ਤੋਂ ਉੱਤੇ ਸਾਡੇ ਕੋਲ ਬੰਦਾ ਰਾਹ ਨਹੀਂ ਕੋਈ ਨਹੀਂ ਦਿੰਦਾ। ਜਿਹੜਾ ਵੀ ਮੰਗ ਕੇ ਲੈ ਜਾ, ਸਾਨ ਨਹੀਂ ਪਤਾ ਉਹ ਇਹਨ ਕੀ ਪਾਉਂਦੇ ਨੇ, ਲਿੱਸਾ ਵੇ ਮੋਟਾ ਆਵੇ, ਅਸੀਂ ਸਰ ਜੀ ਕਿਸੇ ਨੇ ਆਖਿਆ ਵੀ ਨਹੀਂ ਅੱਜ ਤੱਕ। ਬੜੀ ਗੱਲ ਹੈ। ਅਤੇ ਮੇਰਾ ਜਿਹਾ ਸਾਹਿਬ, ਇਹਦੇ ਅੱਬੇ ਦਾ ਨਾਂ ਸਿਕੰਦਰ। ਹਾਂਜੀ। ਅਤੇ ਤੁਸੀਂ ਇਹਦਾ ਵੀ ਨਾਂ ਰੱਖਿਆ ਕੋਈ? ਹਾਂ ਜੀ, ਇਹਦਾ ਉਹਨੇ ਰੱਖਿਆ ਜੀ, ਵਟੂਆਂ ਹੀ ਬੋਧੀ ਵਾਲਾ। ਬੋਧੀ ਵਾਲਾ? ਹਾਂਜੀ, ਸਾਨੂੰ ਨਾ ਬੋਧੀ ਵਾਲੀ ਦੱਸਿਆ ਸੀ, ਫਿਰ ਉਹ ਬੋਧੀ ਵਾਲਾ। ਵਾਹ ਜੀ ਵਾਹ, ਰਾਂਝਾ ਸਾਹਿਬ ਦਾ ਜੀ ਬੋਧੀ ਵਾਲਾ ਸੰਡਾ ਤੁਸੀਂ ਨਾਜ਼ਰੀਨ ਵੇਖ ਰਹੇ ਹੋ। ਇਹ ਮੇਰਾ ਭਤੀਜਾ। ਅੱਛਾ ਅੱਛਾ। ਹਾਂਜੀ, ਇਹੀ ਮੌਜੂਦ ਹੁੰਦਾ, ਮੈਂ ਵੀ ਹੁਣ ਹਰ 3-4 ਮਹੀਨੇ ਬਾਅਦ ਆਉਂਦਾ ਰਹਿੰਦਾ ਬਾਹਰੋਂ, ਲੇਕਿਨ ਮੇਰੀ ਗੈਰ ਮੌਜੂਦਗੀ ਵਿੱਚ ਹੁਣ ਅੱਗੋਂ ਸਾਡਾ ਜਾਨਵਰਾਂ ਦਾ ਮਸੂਲ ਇਹੀ ਹੈ। ਬੜੀ ਗੱਲ ਹੈ ਜੀ। ਅਤੇ ਤੁਸੀਂ ਵੀ ਰਾਂਝਾ ਸਾਹਿਬ, ਕੋਈ ਬੰਦਾ ਕੋਈ ਮੱਝ ਲਵਾਉਣ ਆ ਜਾਂਦਾ ਜਾਂ ਸਾਡਾ ਮੰਗਦਾ, ਤਾਂ ਤੁਸੀਂ ਵੀ? ਜੀ, ਕੋਈ ਮਸਲਾ ਨਹੀਂ, ਕੋਈ ਅੜੀ ਨਹੀਂ ਸਾਡੀ, ਜੋ ਮਰਜ਼ੀ ਆ ਜੇ ਜਾ।
ਡਰੇ ਤੇ ਹੋਵੇ ਕੋਈ ਨਾਂ ਨਹੀਂ। ਤੁਸੀਂ ਕੀ ਸਮਝਦੇ ਹੋ ਕਿ ਮੱਝ ਅੱਛੀ ਹੋਵੇ ਤਾਂ ਨਸਲ ਬਣਦੀ ਹੈ, ਸੱਡਾ ਅੱਛਾ ਹੋਵੇ ਤਾਂ ਨਸਲ ਬਣਦੀ ਹੈ? ਨਹੀਂ ਸਰ ਜੀ, ਦੋਵੇਂ ਚੀਜ਼ਾਂ ਅੱਛੀਆਂ ਹੋਣ ਤਾਂ ਫਿਰ ਬਹੁਤ ਅੱਛੀ ਬਣ ਜਾਂਦੀ ਹੈ। ਅਗਰ ਸੱਡਾ ਅੱਛਾ ਹੋਵੇ ਨਾ, ਮਾਝ ਥੋੜ੍ਹੀ ਜਿਹੀ ਗੁਜ਼ਾਰੇ ਵਾਲੀ ਵੀ ਹੋਵੇ ਤਾਂ ਫਿਰ ਵਿੱਚੋਂ ਜਿਹੜੀ ਹੁੰਦੀ ਉਹ ਕੁਝ ਵੱਲ ਹੀ ਹੋ ਜਾਂਦੀ ਹੈ। ਮਾਝ ਗੁਜ਼ਾਰੇ ਵਾਲੀ ਵੀ ਤੁਸੀਂ ਅੱਛੇ ਸੱਡੇ ਤੋਂ ਕ੍ਰਾਸ ਕਰਾਓਦੇ ਨਾ ਅਤੇ ਉਹਦੀ ਕੱਟੀ ਫਿਰ ਮਾਹੂ ਨਾਲ ਅੱਛੀ ਬਣੇਗੀ। ਮਾਸ਼ਾਅੱਲਾ, ਇਹ ਦੋਵੇਂ ਕੱਟੇ ਆ ਬੋਦੀ ਵਾਲੇ ਦੇ ਨੇ। ਅੱਛਾ ਅੱਛਾ। ਹਾਂਜੀ, ਇਹ ਜਿਹੜਾ ਕੱਟਾ ਬਜ਼ੁਰਗਾਂ ਫੱਦੇ ਆ ਨਾ, ਇਹ ਨਿੱਕੀ ਮਾਝ ਦਾ। ਅੱਛਾ ਅੱਛਾ। ਬੋਦੀ ਵਾਲੇ ਸਾਡੇ ਦਾ। ਹਾਂਜੀ, ਅਤੇ ਜਿਹੜਾ ਉਹ ਦੂਸਰਾ ਹੈ ਨਾ ਫੱਦੇ ਆ ਖਾਨ ਹਰਾ, ਉਹ ਜਿਹੜੀ ਉਹ ਬੱਗੀ ਮੋਛਾਈ ਮਾਝ ਆਈ ਹੈ ਨਾ। ਹਾਂਜੀ, ਉਹ ਕੱਟਾ ਉਸਦਾ। ਇੱਕ ਸਾਡੇ ਨਾਲ ਲਾਂਦੇ ਡੇਰਾ ਉਹਨਾਂ ਲੈ ਲਿਆ। ਅੱਛਾ। ਹਾਂਜੀ, ਗਿਫਟ ਹੀ ਉਹਨਾਂ ਨੂੰ ਮੈਂ ਦਿੱਤਾ। ਇਹ ਜਿਹੜਾ ਨਾ ਨਿੱਕੀ ਮਾਝ ਦਾ, ਇਹ ਸਾਫ ਸਰ ਜੀ ਰੱਖਣਾ। ਨਿੱਕੀ ਮਾਝ ਵਾਲਾ ਉਹ ਕਾਲਾ ਕੱਟਾ। ਹਾਂਜੀ, ਜਿਹੜਾ ਬਜ਼ੁਰਗਾਂ ਫੱਦੇ ਆ ਇਹ ਸਾਫ ਰੱਖਣਾ। ਚਲੋ, ਬੜੀ ਗੱਲ ਹੈ ਜੀ, ਬੜੀ ਗੱਲ ਹੈ। ਉਹ ਜੋਟੀ ਹੈ ਜੀ, ਇਹ ਵੀ ਬੋਦੀ ਵਾਲੇ ਦੀ ਹੈ। ਇਹ ਮੇਰੇ ਦੋਸਤ ਨੇ, ਇਹ ਵੀ ਉਹਨਾਂ ਗਿਫਟ ਹੀ ਦਿੱਤੀ ਹੈ। ਅੱਛਾ, ਇਰਫਾਨ ਇੱਧਰ ਹੈ ਜੀ। ਰਾਂਝਾ ਸਾਹਿਬ, ਕੀ ਹਾਲ ਜੀ, ਠੀਕ ਹੋ ਜੀ? ਸ਼ੁਕਰ ਅਲਹਮਦੁਲਿਲਾ, ਖੈਰੀਅਤ। ਤੇ ਬੜਾ ਖੂਬਸੂਰਤ ਤੁਸੀਂ ਗਿਫਟ ਦਿੱਤਾ ਜੀ, ਮਾਸ਼ਾਅੱਲਾ ਜੀ। ਆ ਭਾਈ ਵੀ ਬੜਾ ਪਿਆਰਾ ਹੈ, ਮਾਸ਼ਾਅੱਲਾ ਜੋਟੀ ਹੈ, ਇਸ ਦੀ ਮਾਂ ਨਾ ਤਾਂ ਵੀ ਦੇ ਛੱਡਣੀ ਆਈ। ਚਲੋ, ਬੜੀ ਗੱਲ ਹੈ ਜੀ, ਆਏ ਨਾ ਧਿਆਨ ਦੇਣ। ਮੈਨੂੰ ਜੋਟੀ ਬੜੀ ਪਸੰਦ ਹੈ, ਕੁਝ ਬੋਦੀ ਵਾਲੇ ਦੀ ਆਈ, ਬੋਦੀ ਵਾਲੇ ਦੀ ਕਰਕੇ ਉਹਨਾਂ ਨੂੰ ਪਸੰਦ ਆਈ। ਮੈਂ ਕਿਹਾ ਚਲੋ ਭਾਈ ਲੈ ਲਓ, ਕੋਈ ਗੱਲ ਨਹੀਂ। ਚਲੋ, ਬੜੀ ਗੱਲ ਹੈ, ਮਾਸ਼ਾਅੱਲਾ। ਬਹੁਤ ਅੱਛੀ ਹੈ ਜੀ ਮਾਂ, ਇਸ ਦੀ ਮਾਂ ਜਿਹੜੀ ਹੈ ਨਾ ਉਹ ਵੀ ਬਹੁਤ ਅੱਛੀ ਹੈ, ਅੱਛਾ ਦੁੱਧ ਦਿੰਦੀ ਹੈ, ਸ਼ਕਲ ਸੂਰਤ ਦੀ ਬਹੁਤ ਅੱਛੀ ਮੱਝ ਹੈ। ਅਤੇ ਬਾਕੀ ਬੋਦੀ ਵਾਲੇ ਦੀ ਹੈ, ਇਨਸ਼ਾਅੱਲਾ ਅੱਛੇ ਦੀ ਉਮੀਦ ਹੈ ਕਿ ਅੱਛਾ ਰਿਜ਼ਲਟ ਦੇਵੇ। ਜਿਸ ਕੱਟੀ ਕੱਟੇ ਦੀਆਂ ਕੱਟੀ ਦੀਆਂ ਅੱਖਾਂ ਮੋਟੀਆਂ ਹੋਣ ਨਾ ਨਿਸ਼ਾਨੀ ਹੁੰਦੀ, ਬਿਲਕੁਲ ਬਿਲਕੁਲ ਇੰਨੀ ਗੱਲ ਹੈ, 100% ਗੱਲ ਤੁਹਾਡੀ ਠੀਕ ਹੈ। ਇਨਸ਼ਾਅੱਲਾ ਇਸ ਦੀ ਮਾਂ ਜਿਹੜੀ ਹੈ ਨਾ ਉਹ ਵੀ ਬਹੁਤ ਅੱਛੀ ਸੋਹਣੀ ਮਾਝ ਵੀ ਹੈ ਅਤੇ ਦੁੱਧ ਵੀ ਬਹੁਤ ਅੱਛਾ ਦਿੰਦੀ ਹੈ, ਬਹੁਤ ਅੱਛਾ ਰਿਜ਼ਲਟ ਹੈ। ਅਤੇ ਇਹ ਫਿਰ ਹੁਣ ਡਬਲ ਕੰਮ ਹੋ ਗਿਆ ਬੋਦੀ ਵਾਲੇ ਦੀ ਹੈ। ਇਨਸ਼ਾਅੱਲਾ ਜੇ ਬਾਈ ਦੇ ਨਸੀਬਾਂ 'ਚ ਹੋਈ ਤਾਂ ਬਹੁਤ ਅੱਛੀ ਮਾਝ ਬਣੇਗੀ ਇਨਸ਼ਾਅੱਲਾ ਜੀ। ਇਨਸ਼ਾਅੱਲਾ ਜੀ, ਬੜੀ ਅੱਛਾ ਅੱਛਾ, ਮਾਸ਼ਾਅੱਲਾ ਜੀ, ਕੱਟੇ ਹੀ ਹੈ ਜੀ। ਉਹ ਤੁਹਾਨੂੰ ਵਿਖਾਇਆ ਨੇ, ਇਹ ਤ੍ਰੀਜਾ ਜੇ, ਇਹਦੀ ਮਾਂ ਵੀ ਉੱਥੇ ਅੰਦਰ ਹੀ ਹੈ। ਹਾਂਜੀ, ਇਹ ਵੀ ਇਸੇ ਬੋਦੀ ਵਾਲੇ ਦਾ। ਇੱਕ ਹੋਰ ਹੈ, ਉਹ ਰੱਤਾ ਜਿਹਾ, ਉਹ ਉੱਥੇ ਅੰਦਰ ਬੱਦੇ ਆ। ਇਹ ਬਸ ਇੰਝ ਹੀ ਇੱਕ ਅੱਛੀ ਬਰੀਡ ਹੈ, ਸੱਡਾ ਚੰਗਾ ਆ ਗਿਆ, ਬਾਅਦ 'ਚੋਂ ਕੱਟੇ ਨੇ ਸਾਰੇ ਬਾਈ ਇੱਥੇ ਇਲਾਕੇ ਵਿੱਚ ਮੱਝਾਂ ਕ੍ਰਾਸ ਹੋਣ ਦੀਆਂ, ਅਤੇ ਜਿਤਨੀਆਂ ਅੱਛੀਆਂ ਮੱਝਾਂ ਇਲਾਕੇ ਵਿੱਚ ਹੋਣ ਦੀਆਂ ਲੋਕਾਂ ਦੀਆਂ, ਬਾਈ ਦੇ ਨਾਂ ਆਉਣਾ ਔਰ ਦੁਆ ਦੇਣ ਦੇ ਸਦਕਾ ਜਾਰੀ ਆ, ਸਮਝ ਕੇ ਇਹ ਕੰਮ ਕਰਦੇ ਨੇ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ, ਬੜੀ ਬਾਤ ਹੈ ਜੀ, ਬੜੀ ਬਾਤ ਹੈ ਜੀ। ਇਹ ਨਿਰੀ ਮੱਝ ਚੰਗੀ ਲੈਣ ਨਾਲ ਨਹੀਂ, ਨਾਲ ਜੋਟਾ ਵੀ ਚੰਗਾ। ਮੱਝ ਨਾਲੋਂ ਜੋਟਾ ਜ਼ਰੂਰੀ ਹੁੰਦਾ, ਮੱਝ ਜਿਹੜੀ ਹੈ ਨਾ ਅੱਛੀ ਉਹ ਵੀ ਹੋਵੇ ਤਾਂ ਜੋਟਾ ਅੱਛਾ ਹੋਵੇ ਫਿਰ ਤਾਂ ਡਬਲ ਕੰਮ ਹੋ ਜਾਂਦਾ ਹੈ ਨਾ। ਅਤੇ ਜੇ ਮੱਝ ਕਤਰਾ ਨਾਰਮਲ ਵੀ ਹੋਵੇ ਨਾ ਅਤੇ ਸੱਡਾ ਅੱਛਾ ਹੋਵੇ ਨਾ ਤਾਂ ਮੱਝਾਂ ਅੱਛੀਆਂ ਹੋ ਜਾਣਗੀਆਂ, ਜ਼ਿਆਦਾ ਕਮਾਲ ਜਿਹੜਾ ਉਹ ਜੋਟੇ ਦਾ ਹੁੰਦਾ। ਬੜੀ ਗੱਲ ਹੈ, ਬੜੀ ਗੱਲ ਹੈ। ਰਾਂਝਾ ਸਾਹਿਬ, ਇਹਨਾਂ ਦੁੱਧ ਕੱਟੀਆਂ ਹਾਰ ਛੱਡਦੇ ਹੋ ਜਾਂ ਕੱਟਿਆਂ ਹਾਰ ਛੱਡਦੇ ਹੋ? ਅੱਗੇ ਪੂਰਾ ਜੀ ਛੱਡਦੇ ਆ ਜੀ, ਅਤੇ ਅਸੀਂ ਇਹਨਾਂ ਦਾ ਦੁੱਧ ਵਧਾ ਦਿੰਦੇ ਹਾਂ। ਵੀਡੀਓ ਦੇ ਆਖਰ ਵਿੱਚ ਅੱਜ ਹੀ ਸ਼ਮਰੇਜ਼ ਅਖਤਰ ਰਾਂਝਾ ਸਾਹਿਬ ਦੇ ਨਾਲ ਨਾਲ ਵੀਡੀਓ ਵੇਖਣ ਵਾਲੇ ਸਾਰੇ ਸੰਗੀਆਂ ਸਾਥੀਆਂ ਦਾ ਬਹੁਤ ਬਹੁਤ ਸ਼ੁਕਰੀਆ, ਜਿਹੜੇ ਸਾਡੀ ਵੀਡੀਓ ਨੂੰ ਬੜੀ ਦਿਲਚਸਪੀ ਦੇ ਨਾਲ ਐਂਡ ਤੱਕ ਵੇਖਦੇ ਹੋ ਔਰ ਬਹੁਤ ਅੱਛੇ ਅੱਛੇ ਕਮੈਂਟ ਕਰਕੇ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ। ਪੰਜਾਬੀ ਸਕਾਫਤ ਦੇ ਮੁਤਲਕ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣਾ ਪਸੰਦ ਕਰਦੇ ਹੋ ਅਤੇ ਆਪਣੇ ਚੈਨਲ ਵਿਲੇਜ ਏਰੀਆ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਔਰ ਬੈੱਲ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਇਸ ਦੇ ਨਾਲ ਹੀ ਕੈਮਰਾਮੈਨ ਖਾਨ ਅਰਸ਼ਦ ਖਾਨ, ਸਮਰ ਵੜੈਚ, ਮਲਕ ਮੁਹੰਮਦ ਖਾਲਦ ਔਰ ਮੀਆਂ ਜ਼ੁਲਫਕਾਰ ਅਲੀ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।